ਸਾਹਿਬ ਦੇ ਗੁਰਦੁਆਰਾ ਤਪਿਆਣਾ ਸਾਹਿਬ ਦੇ ਮਾਤਾ ਖੀਵੀ ਲੰਗਰ ਹਾਲ ਵਿਖੇ ਸੇਵਾਦਾਰਾਂ ਦੇ ਉੱਪਰ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਕਿ ਇਹਨਾਂ ਅਣਪਛਾਤੇ ਵਿਅਕਤੀਆਂ ਨੂੰ ਮੋਟਰਸਾਈਕਲ ਪਾਰਕਿੰਗ ਦੇ ਵਿੱਚ ਖੜਾ ਕਰਨ ਦੇ ਲਈ ਆਖਿਆ ਸੀ, ਜਿਸ ਤੇ ਗੁੱਸੇ ਵਿੱਚ ਆਏ ਇਹਨਾਂ ਨੌਜਵਾਨਾਂ ਨੇ ਗੁਰੂ ਘਰ ਦੇ ਸੇਵਾਦਾਰਾਂ ਦੇ ਉੱਪਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ। ਗੁਰੂ ਘਰ ਦੇ ਸੇਵਾਦਾਰ ਦੱਸਦੇ ਨੇ ਕਿ ਹਮਲਾਵਰ 5 ਤੋਂ 6 ਵਿਅਕਤੀ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਉਹਨਾਂ ਕਾਬੂ ਵੀ ਕਰ ਲਿਆ। ਦਾਤਰ ਹੀ ਬੜੇ ਬੜੇ ਕੁਰਬਾਨਾ ਵੀ ਸੀ। ਅੱਛਾ ਜੀ, ਹਾਂਜੀ। ਕਿੰਨੇ ਜਾਣੇ ਸੀ ਉਹ? 6 ਜਾਣੇ ਸੀ ਮੇਰਾ ਖਿਆਲ। ਠੀਕ ਹੈ ਜੀ, ਅਤੇ ਤੁਹਾਡੇ ਵੱਲੋਂ ਕੋਈ ਕਾਬੂ ਕੀਤਾ ਗਿਆ ਉਹਨਾਂ ਦਾ? ਕੋਈ ਇੱਕ ਮੁੰਡਾ ਅਸੀਂ ਕਾਬੂ ਕੀਤਾ ਸੀ ਅਤੇ ਉਹ ਲੈ ਕੇ ਗਏ ਹੁਣ। ਅੱਛਾ, ਅਤੇ ਬਾਕੀ ਜਿਹੜੇ ਉਹ ਉਦੋਂ ਨਿਕਲ ਗਏ, ਉਸੇ ਟਾਈਮ ਉਹਨਾਂ ਨੂੰ ਪਤਾ ਲੱਗ ਗਿਆ ਬੰਦਿਆਂ ਦਾ ਜ਼ੋਰ ਪੈ ਗਿਆ ਵਾ। ਫਿਲਹਾਲ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਮੈਨੂੰ ਤਲਾਹ ਮਿਲੀ ਕਿ ਗੁਰਦੁਆਰਾ ਲੰਗਰ ਹਾਲ ਮਾਤਾ ਖੀਵੀ ਦੇ 4 ਨਿਹੰਗ ਟੈਪ ਬੰਦੇ ਜੋ ਲੰਗਰ ਖਾ ਲਈ ਇੰਟਰ ਹੋਏ, ਜੋ ਉੱਥੇ ਇੱਕ ਜਹੇਦਾਰ ਨੇ ਉਹਨਾਂ ਨੂੰ ਰੋਕਿਆ ਕਿ ਮੋਟਰਸਾਈਕਲ ਬਾਹਰ ਲਾ ਕੇ ਆਓ, ਇਸ ਗੱਲ ਤੋਂ ਨੇ ਤੂੰ ਵੱਧ ਗਈ ਅਤੇ ਪਤਾ ਲੱਗਾ ਵੀ ਨਿਹੰਗਾਂ ਨੇ ਕਿਰਪਾਨਾਂ ਕੱਢ ਕੇ ਅਤੇ 2 ਵਾਰੀ ਜ਼ਖਮੀ ਕਰਤੇ ਆ। ਜਦੋਂ ਮੈਂ ਉਹਦੇ ਬਿਆਨ ਲੈਣ ਜਾ ਰਿਹਾ ਵਾਂ ਤਰਨ ਤਾਰਨ ਸਿਵਲ ਹਸਪਤਾਲ, ਬਿਆਨ ਲੈ ਕੇ ਜਿਹਦੇ ਖਿਲਾਫ਼ ਬਿਆਨ ਦਊਗਾ ਦੋਸ਼ੀਆਂ ਨੂੰ ਜਲਦੀ ਜਲਦੀ ਫੜ ਕੇ ਤੂੰ ਜੇਲ੍ਹ ਧੱਕਾਂਗਾ, ਉਹਨੂੰ ਬਖਸ਼ਿਆ ਨਹੀਂ ਜਾਊਗਾ। ਸੇਵਾਦਾਰਾਂ ਨੇ ਮੌਕੇ 'ਤੇ ਕਾਬੂ ਕੀਤੇ ਹਮਲਾਵਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿੱਥੇ ਪੁਲਿਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖਡੂਰ ਸਾਹਿਬ ਤੋਂ ਰਵੀ ਖਹਿਰਾ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।